ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਖਬਰਦਾਰ ਜੇ ਕਿਸੇ ਨੇ ਸਾਧੂ ਸਿੰਘ ਧਰਮ ਸੋਤੇ ਉਂਗਲੀ ਚੱਕਤੀ ਖਬਰਦਾਰ ਜੇਕਰ ਕਿਸੇ ਵਿਅਕਤੀ ਨੇ ਉਹਦੀ ਪ੍ਰਾਪਰਟੀ ਤੇ ਉਂਗਲ ਚੱਕਤੀ ਖਬਰਦਾਰ ਜੇਕਰ ਉਹਦੇ ਬੇਨਾਮੇ ਤੇਰਾ ਬੈਂਕ ਖਾਂਤਿਆਂ ਬਾਰੇ ਬੋਲਿਆ ਇਹ ਗੱਲਾਂ ਨੂੰ ਮੈਂ ਸਾਰੇ মিডিਆ ਚੈਨਲ ਵਾਲਿਆਂ ਨੂੰ ਆਖ ਰਿਹਾ ਖਬਰਦਾਰ ਜੇਕਰ ਅੱਜ ਕੋਈ ਇਹਦੇ ਬਰਖਲਾਫੀ ਖਬਰ ਵਿਖਾਈ ਖਬਰਦਾਰ ਜੇ ਕੋਈ ਅਫਸਰ ਦੇ ਬਰਖਲਾਫ ਗਏ ਖਬਰਦਾਰ ਜੇ ਅੱਜ ਪੰਜਾਬ ਦੇ ਲੋਕ ਇਹਦੇ ਬਰ ਖਰਾਬ ਗਏ ਖਬਰਦਾਰ ਜੇ ਅੱਜ ਇਹਦੇ ਮੈਂ ਵੀ ਖਲਾਫ ਗਿਆ ਤਾਂ ਹੁਣ ਮੈਂ ਇਹ ਗੱਲਾ ਤਾਂ ਕਰ ਰਿਹਾ ਕਿ ਜਦੋਂ 2020 ਦੇ ਵਿੱਚ ਹੋਰ ਲੋਕ ਵੀ ਰੌਲਾ ਪਾ ਰਹੇ ਸੀ ਹੋਰ ਪਾਰਟੀਆਂ ਰੌਲਾ ਪਾ ਰਹੀਆਂ ਸੀਗੀਆਂ ਹੋਰ ਪਾਰਟੀਆਂ ਨੇ ਧਰਨੇ ਲਾਏ ਸੀ ਮੇਰੇ ਅਰਗੇ ਨੇ ਵੀਡੀਓ ਪਾ ਪਾ ਰੌਲੇ ਪਾਏ ਸੀ ਕਿ ਜਿਹੜੇ ਬੱਚਿਆਂ ਦਾ ਜਿਹੜੇ ਵਿਚਾਰੇ ਬੱਚਿਆਂ ਦੇ ਅਸੀਂ ਬੱਚਿਆਂ ਦਾ ਵਜੀਫੇ 'ਚ ਕਪਲਾ ਹੋਇਆ ਉਈ ਉਹਨਾਂ ਦੀ ਜਾਂਚ ਕੀਤੀ ਜਾਵੇ ਉਦੋਂ ਕਲੀਨ ਚਿੱਟਾ ਤੁਸੀਂ ਕਹਿੰਦਾ ਵੀ ਕਲੀਨ ਚਿੱਟਾ ਦਿਓ ਜੀ ਐ ਕਰੋ ਜਾਂ ਕੁਝ ਵੀ ਕਰੋ ਪਰ ਮੈਂ ਤੁਹਾਨੂੰ ਅੱਜ ਕਹਿਣਾ ਕਿ ਜਿਹੜੇ ਅੱਜ ਉਹੀ ਮਹਿਕਮੇ ਚੱਲ ਰਹੇ ਆ ਅੱਜ ਉਹੀ ਵਿਜੀਲੈਂਸ ਪਹਿਲਾਂ ਸਾਡੀ ਇਹ ਵਿਜੀਲੈਂਸ ਨੇ 2020 ਦੇ ਵਿੱਚ ਗ੍ਰਿਫਤਾਰ ਕਿਉਂ ਨਹੀਂ ਕੀਤਾ ਮੈਂ ਸਿੱਧੇ ਤੌਰ ਤੇ ਕਹਿਣਾ ਕਿ ਪਾਲਤਿਆਂ ਬਾਜ਼ੀਆਂ ਨੇ ਦੇਸ਼ ਖਾਦਾ ਅੱਜ ਵੀ ਖਾ ਰਹੇ ਆ ਹੁਣ ਮੈਂ ਇੱਥੇ ਤੁਹਾਨੂੰ ਇਹ ਪੁੱਛਣਾ ਕਿ ਅੱਜ ਜੇ ਆਪਾਂ ਗੱਲ ਕਰੀਏ ਸਾਧੂ ਸਿੰਘ ਧਰਮਸੋਧ ਦੀ ਕਿਉਂਕਿ ਇਹਦੇ ਕੋਲ ਕਹਿੰਦੇ ਵੀ ਜਿਹੜੀ ਇਹਨੂੰ ਗ੍ਰਿਫਤਾਰ ਤਾਂ ਕੀਤਾ ਇਹਦੀ ਜਿਹੜੀ ਪ੍ਰਾਪਰਟੀ ਆ ਉਹ ਵੱਧ ਆ ਇਨਕਮ ਘੱਟ ਪ੍ਰਾਪਰਟੀ ਜ਼ਿਆਦਾ ਆ ਜਿਵੇਂ ਉਦਾਹਰਨ ਤੌਰ ਤੇ ਮੈਂ ਕਹਾਂ ਉਦਾਹਰਨ ਦੇ ਰਿਹਾ ਪੰਜਾਬ ਦੇ ਲੋਕੋ ਕਿ ਜਿਹੜੀ ਆਮਦਨ ਹੋਵੇ ਉਹ ਮਹੀਨੇ ਦੀ 10000 ਹੋਵੇ ਤੇ ਸਾਲ ਦਾ ਕਿੰਨਾ ਬਣਿਆ 1 ਲੱਖ 20000 ਤੇ ਫੋਰਚੂਨਰ ਗੱਡੀ ਕਿੰਨੇ ਦੀ ਆਜੇ ਕਤਿਕ ਲੱਖ ਦੀ ਹੋਣੀ ਆ ਜਾਂ ਕੋਈ 40 ਲੱਖ ਦੀ ਹੋਣੀ ਆ ਆਪਾਂ ਕਿਹੜਾ ਰਜਿਸਟਰੀਆ ਕਰਾਉਨੇ ਰਹੇ ਨੇ ਆਪਦੇ ਨਾਂ ਤੇ ਕਿ ਹੁਣ ਉਹ ਬੰਦਾ ਸਾਲ ਤੇ ਲੈ ਲਵੇ ਅਗਲਾ ਕਹਿੰਦਾ 1 ਲੱਖ 20 ਹਜ਼ਾਰ ਸਾਲ ਦੀ ਆਮਦਨ 40 40 ਲੱਖ ਵਾਲੀਆਂ ਗੱਡੀਆਂ ਇਹ ਆਈਆਂ ਕਿੱਥੋਂ ਆ ਹੁਣ ਮੈਂ ਅੱਜ ਇਹੀ ਗੱਲ ਇੱਥੇ ਫਿਰ ਪੁੱਛਣਾ ਚਾਹੁੰਨਾ ਵਿਜੀਲੈਂਸ ਨੂੰ ਕਿ ਮੈਂ ਕਹਿੰਨਾ ਸਾਧੂ ਸਿੰਘ ਧਰਮਸੋਧ ਨੂੰ ਗ੍ਰਿਫਤਾਰ ਕੀਤਾ ਤਾਂ ਵਧੀਆ ਕੀਤਾ ਪਰ ਜੇਕਰ 2020 ਦੇ ਵਿੱਚ ਤੁਸੀਂ ਗ੍ਰਿਫਤਾਰ ਕਰਦੇ ਤੇ ਜਿਹੜੇ ਬੱਚਿਆਂ ਦਾ ਉਹਦਾ ਵਜੀਫਾ ਕਰਕੇ ਕਈ ਇਹੋ ਜਿਹੇ ਗਰੀਬ ਲੋਕ ਚਾਹੇ ਕੋਈ ਐਸਸੀ ਹੋਣ ਚਾਹੇ ਕੋਈ ਬੀਸੀ ਹੋਣ ਚਾਹੇ ਕੋਈ ਜਰਨਲ ਹੋਣ ਕੋਈ ਪੜ੍ਹਾਈ ਮੈਂ ਕਹੂੰਗਾ ਵੀ ਉਹਨਾਂ ਦੇ ਘਰ ਦੇ ਹਾਲਾਤ ਪੜਾਉਣ ਵਾਲੇ ਨਹੀਂ ਹੁੰਦੇ ਬੱਚਿਆਂ ਨੂੰ ਮੈਂ ਤਾਂ ਫਿਰ ਤੋਂ ਕਹਿ ਰਿਹਾ ਕਿ ਜਿਹੜੇ ਗਰੀਬ ਨੂੰ ਲੋੜ ਹੋਵੇ ਵਜੀਫੇ ਦੀ ਉਹਨੂੰ ਵਜੀਫਾ ਦੇਣਾ ਚਾਹੀਦਾ ਮੈਂ ਤਾਂ ਇਹ ਵੀ ਕਹਿਣਾ ਸਿਹਤ ਸਿੱਖਿਆ ਤੇ ਰੁਜ਼ਗਾਰ ਫ੍ਰੀ ਚਾਹੀਦਾ ਚਾਹੇ ਕੋਈ ਐਸਸੀ ਹੋਵੇ ਚਾਹੇ ਕੋਈ ਬੀਸੀ ਹੋਵੇ ਚਾਹ ਕੋਈ ਜਰਨਲ ਹੋਵੇ ਉਹ ਭਰਵ ਪੈਸਾ ਸਭ ਦੀ ਜ਼ਰੂਰਤ ਆ ਸਕੂਲ ਸਿੱਖਿਆ ਸਭ ਦੀ ਜ਼ਰੂਰਤ ਆ ਸਿਹਤ ਵੀ ਸਭ ਦੀ ਜ਼ਰੂਰਤ ਆ ਹਸਪੀਟਲ ਸਾਰਿਆਂ ਨੂੰ ਚਾਹੀਦੇ ਆ ਚਾਹ ਕੋਈ ਹਿੰਦੂ ਮੁਸਲਮ ਸਿੱਖ ਈਸਾਈ ਕੋਈ ਹੋਵੇ ਪਰ ਸਾਡੇ ਬਸ ਜਿਵੇਂ ਕਹ ਲੋ ਕਹਿੰਦੇ ਨਰਕਾ ਨਰਕ ਕੀ ਚੀਜ਼ ਆ ਬਸ ਜੇ ਇੰਡੀਆ ਜੰਪੇ ਸਮਝ ਲੋ ਨਰਕ ਹੀ ਪੈਦਾ ਹੋ ਚੁੱਕਿਆ ਜਿਹੜਾ ਗਰੀਬ ਐ ਇੱਥੇ ਗਰੀਬ ਹੋਈ ਜਾਣਾ ਅਮੀਰ ਨੇ ਅਮੀਰ ਹੋਈ ਜਾਣਾ ਹੁਣ ਤੁਸੀਂ ਅੱਜ ਮੰਤਰੀਆਂ ਨੂੰ ਦੋਸ਼ ਦੇ ਰਹੇ ਆ ਕੀ ਸਾਡੇ ਜਿਹੜੇ ਮਹਿਕਮੇ ਆ ਇਸ ਪੰਜਾਬ ਦੇ ਵਿੱਚ ਕੀ ਉਹ ਆਪਦੀ ਡਿਊਟੀ ਸਹੀ ਨਿਭਾ ਰਹੇ ਆ ਜੇਕਰ ਸਹੀ ਨਿਭਾ ਰਹੇ ਸੀ ਤਾਂ 2020 ਦੇ ਵਿੱਚ ਇਸ ਵਿਅਕਤੀ ਨੂੰ ਗ੍ਰਿਫਤਾਰ ਕਿਉਂ ਨਹੀਂ ਕੀਤਾ ਮੈਂ ਪੁੱਛ ਰਿਹਾ ਉਹਨਾਂ ਦਿਨਾਂ ਦੇ ਵਿੱਚ ਕਈ ਗਰੀਬ ਬੱਚਾ ਨੂੰ ਵਜੀਫੇ ਨਹੀਂ ਮਿਲਦੇ ਕਾਰਨ ਉਹਨਾਂ ਦੀ ਜ਼ਿੰਦਗੀ ਬਰਬਾਦ ਹੋ ਗਈ ਹੋਣੀ ਆ ਕਿਉਂਕਿ ਘਰੋਂ ਸਾਥ ਨਹੀਂ ਮਿਲਦਾ ਪੜਾਈਆਂ ਨੂੰ ਉਹ ਕਹਿੰਦੇ ਭਾਈ ਰੋਟੀ ਮਸਾ ਮਿਲਦੀ ਆ ਪੜਨਾ ਪੜਲਾ ਉਹ ਤਾਂ ਮੈਂ ਤਾਂ ਕਹੂੰਗਾ ਖੁਸ਼ ਨਸੀਬ ਆ ਜਿਹੜੇ ਮਾਪੇ ਚਾਹੇ ਗਰੀਬ ਹੋਣ ਚਾਹੇ ਆਪਣੇ ਬੱਚਿਆਂ ਨੂੰ ਕਿਸੇ ਦੇ ਕੰਮਕਾਰ ਕਰਕੇ ਵੀ ਪੜਾ ਰਹੇ ਆ ਉਹਨਾਂ ਨੂੰ ਤਾਂ ਸਮਝ ਲਓ ਰੱਬ ਮਿਲਿਆ ਪਿਆ ਪਰ ਫਿਰ ਇੱਥੇ ਕਹਿ ਰਹੇ ਆ ਵਿਜੀਲੈਂਸ ਜੀ ਤੁਹਾਨੂੰ ਉਦੋਂ ਵੀ ਤੁਹਾਡੀ ਤਨਖਾਹ ਮਿਲ ਰਹੀ ਸੀ ਤੁਹਾਡੇ ਬੱਚੇ ਉਦੋਂ ਵੀ ਮੈਂ ਕਹੂੰਗਾ ਵੀ ਚੰਗੇ ਸਕੂਲਾਂ 'ਚ ਪੜ ਰਹੇ ਸੀ ਤੇ ਅੱਜ ਵੀ ਪੰਜਾਬ ਦੋਹੀ ਹਾਲ ਆ ਚਲੋ ਅੱਜ ਮੈਂ ਗੱਲ ਕਰਾਂ ਹੁਣ ਲੋਕ ਕੀ ਕਰ ਰਹੇ ਆ ਵੀ ਜਿਹੜੀ ਇਹਦੀ 157 ਕਿੱਲੇ ਪੈਲੀ ਆ ਉਹ ਜ਼ਬਤੋ ਨਹੀਂ ਚਾਹੀਦੀ ਆ ਮੈਂ ਉਹਨਾਂ ਨੂੰ ਪੁੱਛਣਾ ਚਾਹੂੰਗਾ ਇਹ ਜ਼ਬਤ ਤਾਂ ਕਰ ਲਓ ਤੁਸੀਂ ਪਰ ਇਹ ਮੈਨੂੰ ਇਹ ਗੱਲ ਦਾ ਜਵਾਬ ਦਿਓ ਕਿ ਜ਼ਬਤ ਕਰਕੇ ਆਪਣਾ ਕੀ ਫਾਇਦਾ ਅੱਗੇ ਪੰਜਾਬ ਦੇ ਲੋਕ ਟੈਕਸ ਭਰਦੇ ਆ ਅਰਬਾਂ ਖਰਬਾਂ ਰੁਪਈਆ ਦਿੱਲੀ ਦਾ ਟੈਕਸ ਬੰਦਾ ਪੰਜਾਬ ਦਾ ਤਾਂ ਉਦੋਂ ਪੰਜਾਬ ਦੇ ਲੋਕਾਂ ਦਾ ਕੀ ਸਬਰ ਦਾ ਫਾਇਦੇ ਤਾਂ ਮੰਤਰੀ ਲੈ ਰਹੇ ਆ ਕੋਈ 110 ਗੱਡੀਆਂ ਲੈ ਲੈਂਦਾ ਕੋਈ ਮੰਤਰੀ ਆ ਕੇ ਕਹਿੰਦਾ 10 ਗੱਡੀਆਂ ਮੈਨੂੰ ਦੇ ਦਿਓ ਕੋਈ ਕੋਈ ਐਮਐਲਏ ਕਹਿੰਦਾ ਕੋਈ 5 ਕ ਗੱਡੀਆਂ ਮੈਨੂੰ ਦੇ ਦਿਓ ਤੇ ਮੈਨੂੰ ਤੁਸੀਂ ਦੱਸੋ ਫਾਇਦੇ ਕਿੰਨਾਂ ਨੇ ਲੈਣੇ ਆ ਫਾਇਦੇ ਇਹਨਾਂ ਲੋਕਾਂ ਨੇ ਲੈਣੇ ਆ ਅੱਜ ਉਹਨੂੰ ਮੈਂ ਵਿਜੀਲੈਂਸ ਨੂੰ ਫਿਰ ਤੋਂ ਕਹਿ ਰਿਹਾ ਮੇਰੀ ਬੇਨਤੀ ਹੱਥ ਜੋੜ ਕੇ ਸਿੱਧੇ ਤੌਰ ਤੇ ਪਤਾ ਲੱਗ ਰਿਹਾ ਕਿ ਪਾਰਟੀਆਂ ਬਾਜ਼ੀਆਂ ਚੱਲਦੀਆਂ ਅੱਜ ਉਹਨੂੰ ਮੈਂ ਇਹ ਕਹਿ ਰਿਹਾ ਕਿ ਜਿਹੜੇ ਆਪਣੇ ਸਰਦਾਰ ਮਾਨ ਸਾਹਿਬ ਜੀ ਆ ਸੀਐਮ ਸਾਹਿਬ ਏ ਆਪਾ ਸੁਣਿਆ ਸੀਗਾ ਵੀਡੀਓ ਸੁਣੀ ਸੀ ਇਹਨਾਂ ਦੀ ਮਾਤਾ ਜੀ ਦੀ ਕਿ ਸਾਡੇ ਕੋਲ ਤਾਂ ਇੰਨਾ ਪੈਸਾ ਹੈ ਨਹੀਂ ਤੁਹਾਡੇ ਬਾਪੂ ਜੀ ਦੀ 25000 ਰੁਪਿਆ ਪੈਨਸ਼ਨ ਆਉਂਦੀ ਆ ਉਹਦੇ ਨਾਲ ਵੀ ਗੁਜ਼ਾਰਾ ਮਸਾਂ ਚੱਲਦਾ ਮੈਂ ਫਿਰ ਤੋਂ ਦੱਸ ਰਿਹਾ ਜਦੋਂ ਪੱਤਰਕਾਰ ਨੇ ਪੁੱਛਿਆ ਕਿ ਤੁਸੀਂ ਗਨਮੈਨ ਕਿਉਂ ਨਹੀਂ ਲੈਂਦੇ ਉਹ ਕਹਿੰਦੇ ਇਹ ਤੁਹਾਡਾ ਪੈਸਾ ਇਹ ਆਪਣਾ ਪੈਸਾ ਇਹ ਲੋਕਾਂ ਦਾ ਪੈਸਾ ਮੈਨੂੰ ਕਿਹਦੇ ਤੋਂ ਖਤਰਾ ਮੇਰੇ ਪਿੰਡ ਵਾਲੇ ਬਹੁਤ ਵਧੀਆ ਪਰ ਅੱਜ ਇਹਨਾਂ ਦੇ ਪਿੰਡ ਵਾਲੇ ਮੈਨੂੰ ਲੱਗਦਾ ਜਿਵੇਂ ਮਗਰਮੱਛ ਬਣ ਗਏ ਹੋਣ ਕਿਉਂਕਿ ਅੱਜ ਇਹ ਗਨਮੈਨ ਲਈ ਫਿਰਦੇ ਆ ਪਹਿਲਾਂ ਜਿਹੜਾ ਪੰਜਾਬ ਸੀ ਤੁਹਾਨੂੰ ਪਿਆਰ ਕਰਦਾ ਸੀ ਪਰ ਇੱਕਦਮ ਤੁਹਾਡੇ ਦਿਮਾਗ ਦੇ ਵਿੱਚ ਇਹ ਕਿਵੇਂ ਆ ਗਿਆ ਕਿ ਤੁਹਾਨੂੰ ਪੰਜਾਬ ਤੋਂ ਖਤਰਾ ਹੋ ਗਿਆ ਚਲੋ ਪ੍ਰਮਾਤਮਾ ਜਾਨੇ ਲੋਕਾਂ ਨੇ ਕਹਿੰਨ ਪ੍ਰੋਟੋਕਾਲ ਚਲੋ ਉਹ ਤਾਂ ਤੁਸੀਂ ਜਦੋਂ ਕਹਿ ਹੀ ਦੇਣਾ ਹੁਣ ਪ੍ਰੋਟੋਕਾਲ ਦੇ ਵਿੱਚ 25000 ਰੁਪਿਆ ਪੈਨਸ਼ਨ ਦੇ ਵਿੱਚ ਕਿਹੜਾ ਵਿਆਜ ਲਾਉਂਦੀ ਆ ਪ੍ਰੋਟੋਕਾਲ ਵੀ ਜਿਹੜਾ ਨਾਲ ਸੋਨਾ ਵੀ ਦੇ ਦਿੰਦੀ ਆ ਪ੍ਰੋਟੋਕਾਲ ਤੁਹਾਡੀ ਹੁਣ ਉਹ ਪ੍ਰੋਟੋਕਾਲ ਵੇਖੋ ਮੁੱਖ ਮੰਤਰੀ ਭਲਾ ਖਰਪਾਂ ਦੀਆਂ ਗੱਡੀਆਂ ਲੈ ਲੈ ਸਾਨੂੰ ਕੋਈ ਦਿੱਕਤ ਨਹੀਂ ਪਰ ਮੁੱਖ ਮੰਤਰੀ ਦੀ ਵਾਈਫ ਕੋਲ ਗੱਡੀ ਲੈਂਡ ਕਲੂਜ਼ਰ ਅੱਛਾ ਮੁੱਖ ਮੰਤਰੀ ਦੀ ਜਿਹੜੀ ਆਪਣੇ ਵਾਈਫ ਆ ਡਾਕਟਰ ਗੌਰਪ੍ਰੀਤ ਜੀ ਉਹਨਾਂ ਦੀ ਕਿੰਨੀ ਕਮਦਨ ਆ ਜਿਹੜੇ ਲੈਂਡ ਕਲੂਜ਼ਰਾਂ ਲਈ ਫਿਰਦੇ ਆ ਜਿਹੜਾ ਸੋਨਾ ਪਾਈ ਫਿਰਦੇ ਆ ਇੰਨਾ ਦੀ ਵੀ ਛੱਡ ਦੋ ਜਿਹੜੇ ਮੁੱਖ ਮੰਤਰੀ ਦੀ ਭੈਣ ਜੀ ਆ ਇਹਨਾਂ ਦੀ ਕਿੰਨੀ ਕੁ ਪ੍ਰਾਪਰਟੀ ਆ ਇਹਨਾਂ ਕੋਲ ਕੀ ਆ ਕੀ ਸੀ ਇਹਨਾਂ ਕੋਲ ਅੱਜ ਲੋਕ ਕਹਿੰਦੇ ਆ ਭਾਈ ਭਗਵੰਤ ਮਾਨ ਤਾਂ ਪਹਿਲੇ ਦਿਨੋਂ ਰਾਜਾ ਸੀ ਇਹਦੇ ਕੋਲ ਤਾਂ ਕਮੇਡੀ ਦਾ ਪੈਸਾ ਬਹੁਤ ਪਿਆ ਸੀ ਮੈਂ ਵਿਜੀਲੈਂਸ ਦੀ ਤੁਹਾਨੂੰ ਇਹ ਬੇਨਤੀ ਕਰਨੀ ਚਾਹੁੰਦਾ ਕਿ ਜੇ ਗੱਲ ਪੈਸੇ ਦੀ ਕੀਤੀ ਜਾਵੇ ਤਾਂ ਇਹਨਾਂ ਦੀਆਂ ਪੁਰਾਣੀਆਂ ਵੀਡੀਓ ਕੱਢੀ ਜਾਣ ਜਿਹੜੇ ਕਹਿੰਦੇ ਸੀ ਮੈਂ ਤਾਂ ਧਾਰੇ ਫੜਫੜ ਕਰਜ਼ਾਰਾ ਕਰਦਾ ਜਿਹਦੇ ਵਿੱਚ ਕਹਿੰਦੇ ਸੀ ਅਸੀਂ ਤਾਂ 6-6 ਸਾਲ ਪੁਰਾਨੀਆਂ ਗੱਡੀਆਂ ਰੱਖਦੇ ਆ ਮੈਂ ਸਿਰਫ ਤੇ ਸਿਰਫ ਤੁਹਾਨੂੰ ਇਹ ਬੇਨਤੀ ਕਰਨੀ ਚਾਹੁੰਨਾ ਕਿ ਜਿਹੜਾ ਵੀ ਮੰਤਰੀ ਤੁਹਾਨੂੰ ਗਲਤ ਲੱਗਦਾ ਤੁਸੀਂ ਉਹਨੂੰ ਅੰਦਰ ਕਰੋ ਚਾਹੇ ਉਹ ਕਿਸੇ ਵੀ ਪਾਰਟੀ ਦਾ ਹੋਵੇ ਚਾਹੇ ਉਹ ਕਿਸੇ ਵੀ ਜਾਤੀ ਦਾ ਹੋਵੇ ਪਰ ਮੈਂ ਇੱਥੇ ਫਿਰ ਤੋਂ ਕਹਿਣਾ ਜੇ ਗੱਲ ਜਾਤੀ ਦੀ ਲਈ ਜਾਵੇ ਲੋਕਾਂ ਨੇ ਕਹਿੰਨ ਯਾਰ ਜਾਤ ਪਰ ਹੁਣ ਮੈਨੂੰ ਇਹ ਸਮਝ ਨਹੀਂ ਆਉਂਦੀ ਕਾਂ ਜਦਿਆ ਹੁਣ ਤੁਸੀਂ ਕਹਿੰਦੇ ਨਾ ਉਹ ਵਜੀਫੇ ਵਾਲੀ ਗੱਲ ਉਹ ਕੱਲਾ ਇਹਨੇ ਨਹੀਂ ਖਾਦਾ ਹੁਣ ਸਾਰੇ ਮੰਤਰੀਆਂ ਦਾ ਹਿੱਸਾ ਹੁੰਦਾ ਵਿੱਚ ਹਿੱਸਾ ਤਾਂ ਹੋਊਗਾ ਹੁਣ ਕੱਲਾ ਕਿਵੇਂ ਖਾ ਗਿਆ ਅੱਜ ਮੈਂ ਫਿਰ ਤੋਂ ਕਹਿ ਰਿਹਾ ਕੀ ਰਾਜੇ ਵਿਰੰਗ ਤੇ ਕਿਉਂ ਨਹੀਂ ਜਾ ਰਹੇ ਤੁਸੀਂ ਜਿਹੜਾ ਬਸ ਬੋਡੀਆਂ ਦੇ ਵਿੱਚ ਕਹਿੰਦੇ ਘਪਲਾ ਹੋਇਆ ਸੀ ਇਹ ਰਾਜੇ ਵਿਰੰਗ ਨਾਲ ਕਿਹੜੀ ਦੋਸਤੀ ਪੈ ਗਈ ਆਪਣੇ ਭਗਵੰਤ ਮਾਨ ਜੀ ਦੀ ਕਿਹੜੀ ਦੋਸਤੀ ਆ ਉਹਨਾਂ ਤੇ ਵੀ ਘਪਲੇ ਦਾ ਸੀਗਾ ਇਹ ਬੰਦੇ ਫਿਰ ਸਾਰੇ ਤੁਸੀਂ ਉਹ ਗਰੀਬ ਗਰੀਬ ਵਾਲ ਪਈ ਜਾਂਦੇ ਆ ਕਾਰਨ ਕੀ ਆ ਵਿਜੀਲੈਂਸੀ ਬੇਨਤੀ ਆ ਥੋੜਾ ਜਿਹਾ ਦੂਜੇ ਮੰਤਰੀਆਂ ਵੱਲ ਵੀ ਧਿਆਨ ਦਿਓ ਇਹ ਯਾਦ ਰੱਖੋ ਗੱਲ ਜਿਹੜਾ ਪੈਸਾ ਪੈਸਾ ਖਜ਼ਾਨੇ ਚ ਪਾਇਆ ਜਾਵੇ ਖਜ਼ਾਨੇ ਚ ਪਾਉਣ ਦਾ ਫਾਇਦਾ ਤਾਂ ਜੇਕਰ ਕੇਸਰੀਵਾਲ ਨੂੰ ਕਿਰਾਏ ਤੇ ਜਹਾਜ਼ ਲੈ ਲੈ ਦੇਣਿਆ ਜਿਹਦਾ 10-10 ਲੱਖ ਰੁਪਏ ਇੱਕ ਦਿਨ ਦਾ ਸਾਡੇ ਆ ਕੇ ਸਿਰ ਤੇ ਠੁੱਕੇ ਉਹ ਅਸੀਂ ਇਹੋ ਜੇ ਖਜ਼ਾਨੇ ਤੋਂ ਰੱਜੇ ਤੇ ਆਏ ਆ ਕਿਉਂਕਿ ਸਾਡੇ ਆਰੀ ਤਾਂ ਪੀਪਾ ਹੀ ਖੜਕਣਾ ਆਖੇ ਖਾਲੀ ਆ ਬਈ ਖਾਲੀ ਆ ਪੀਪਾ ਤੁਹਾਡਾ ਖਾਲੀ ਆ ਅਸੀਂ ਭਰਦੇ ਮਰ ਗਏ ਤੇ ਮੰਤਰੀ ਖਾਲੀ ਕਰਦੇ ਫਿਰਦੇ ਆ ਭਰਾ ਅਸੀਂ ਤੇ ਵੀ ਨਹੀਂ ਕਹਿ ਸਕਦੇ ਵੀ ਆ ਹੋਗੇ ਕਿਉਂਕਿ ਸਾਡੇ ਤੇ ਕਾਨੂੰਨ ਲਾਗੂ ਹੁੰਦਾ ਇਹਨਾਂ ਤੇ ਕਾਨੂੰਨ ਲਾਗੂ ਨਹੀਂ ਹੁੰਦਾ ਫਿਰ ਤੋਂ ਕਹਿ ਰਿਆਂ ਸਰਕਾਰ ਨੂੰ ਕਹਿ ਰਿਆਂ ਵਿਜੀਲੈਂਸ ਨੂੰ ਕਹਿ ਰਿਆਂ ਕਿ ਹੱਥਾਂ ਨਾਲ ਦਿੱਤੀਆਂ ਗੰਢਾਂ ਮੂੰਹ ਦੇ ਨਾਲ ਖੋਲਣੀਆਂ ਪੈ ਜਾਂਦੀਆਂ ਯਾਦ ਰੱਖੋ ਅਰਦਾਸ ਕਰੋ ਪ੍ਰਮਾਤਮਾ ਅੱਗੇ ਕਾਸ਼ ਕਿਤੇ ਜਿਸ ਦਿਨ ਮੈਂ ਵਿਧਾਨ ਸਭਾ ਦੇ ਵਿੱਚ ਹੋ ਗਿਆ ਜੇ ਪ੍ਰਮਾਤਮਾ ਨੇ ਚਾਹਿਆ ਤਾਂ ਸਾਰੇ ਮੰਤਰੀਆਂ ਨੂੰ ਪਿੱਛੋਂ ਆਵਾਜ਼ ਨਾ ਆਇਆ ਕਰੇ ਵੀ ਫਲਾਨਾ ਸਿਓ ਹਾਜ਼ਰ ਹੋ ਐਨੀ ਪ੍ਰੌਪਰਟੀ ਸੀ ਆ ਸੋਨਾ ਕਿੱਥੋਂ ਆ ਗਿਆ ਤੇ ਮੇਰਾ ਨਾ ਵਿਸ਼ਵ ਦੀ ਫਾਜ਼ਿਲ ਕਾਣੀ ਅੱਜ ਮੈਂ ਪੰਜਾਬ ਦੇ ਵਕੀਲ ਸਾਹਿਬਾਂ ਨੂੰ ਪੁੱਛਣਾ ਚਾਹੁੰਨਾ ਜਿੰਨੇ ਸਾਡੇ ਇੱਥੇ ਵਕੀਲ ਆ ਜਿੰਨੇ ਸਾਡੇ ਇੱਥੇ ਜੱਜ ਸਾਹਿਬਾਨ ਇਹਨਾਂ ਨੂੰ ਡਰ ਹੀ ਹੈ ਨਹੀਂ ਤੁਹਾਡਾ ਅਸੀਂ ਤਾਂ ਬੜਾ ਡਰਦੇ ਆ ਵੀ ਨਾ ਜੀ ਨਾ ਜੇ ਜੱਜ ਸਾਹਿਬ ਕੋਲ ਮਾਮਲਾ ਜਾਂਦ ਰਿਹਾ ਸਾਡੀ ਫੱਟੀ ਪੋਚੀ ਜਾਣੀ ਨਾ ਜੀ ਨਾ ਜੇ ਵਕੀਲਾ ਕੋਲ ਜਾਂਦ ਰਹੀ ਸਾਡੀ ਗੱਲ ਫੱਟੀ ਪੋਚੀ ਜਾਣੀ ਇਹ ਮੰਤਰੀਆਂ ਨੂੰ ਡਰ ਹੀ ਹੈ ਨਹੀਂ ਕਿਸੇ ਦਾ ਅਸੀਂ ਇਹ ਨਾਲੇ ਹੁਣ ਇਹ ਵੀ ਸੁਣ ਲਓ ਪ੍ਰਾਪਰਟੀਆਂ ਬਣਦੀਆਂ ਕਿੱਥੋਂ ਆ ਤੇ ਬਣਾਉਂਦੇ ਕਿਵੇਂ ਆ ਇਹਨਾਂ ਮੰਤਰੀਆਂ ਦਾ ਦੋਸ਼ ਕੋਈ ਨਹੀਂਗਾ ਇਹ ਹੁਣ ਤੁਸੀਂ ਇਹ ਪੁੱਛੋ ਵੀ ਜਿਹੜੀ ਆ ਪਹਿਲੀ ਬਣੀ ਆ ਇਹ ਕੀ ਦਾ ਕੀ ਕੰਮ ਕੱਢਿਆ ਸੀ ਇਹ ਕਾਹ ਤੋਂ ਬਣੀ ਆ ਫਿਰ ਕਹ ਦੂਜੇ ਬੰਦੇ ਦੀ ਵੀ ਜਾ ਕੇ ਜ਼ਬਤ ਕਰੋ ਪਰ ਜ਼ਬਤ ਕਰਨ ਦਾ ਫਾਇਦਾ ਕੋਈ ਨਹੀਂਗਾ ਇਹ ਸਾਧੂ ਸੰਗਤ ਧਰਮ ਸੋ ਦੇ ਕਈ ਲੋਕਾਂ ਨੇ ਕਮੈਂਟਾਂ 'ਚ ਕਿਹਾ ਵੀ ਇਹਦੀ ਪ੍ਰਾਪਰਟੀ ਜ਼ਬਤ ਕਰ ਲਓ ਜ਼ਬਤ ਕਰਕੇ ਤੁਹਾਨੂੰ ਕੀ ਮਿਲ ਜਾਣਾ ਮਿਲਣਾ ਆਪਾਂ ਨੂੰ ਕੁਝ ਨਹੀਂਗਾ ਜਿੱਥੇ ਅੱਗੇ 10 ਸੀਟਾਂ ਦਾ ਜਹਾਜ਼ ਕਿਰਾਏ ਤੇ ਲਿਆ ਆਪਣੇ ਭਗਵੰਤ ਮਾਨ ਜੀ ਨੇ ਤੇ ਕੇਸਰੀ ਆਲ ਨੂੰ ਜਹਾਜ਼ ਕਿਰਾਏ ਤੇ ਲੈ ਤੇ ਨਾ ਫਿਰ ਇਹਨਾਂ ਨੇ 100 ਸੀਟਾਂ ਦਾ ਲੈ ਤੇ ਨਾ ਜਿੱਥੇ 10 ਲੱਖ ਇੱਕ ਦਿਨ ਦਾ ਆਪਣੇ ਸਿਰ ਮੱਥੇ 'ਤੇ ਜਾ ਕੇ ਠੋਕਦਾ ਠਾਹ ਕੇ ਉੱਥੇ ਕਰੋੜ ਰੁਪਏ ਦਿੱਲੀ ਦੇ ਠੁੱਕੇ ਫਾਇਦਾ ਕੀ ਮੈਂ ਫਿਰ ਤੋਂ ਕਹਿ ਰਿਹਾ ਵਿਜੀਲੈਂਸ ਨੂੰ ਬੇਨਤੀ ਕਰ ਰਿਹਾ ਪੰਜਾਬ ਦੇ ਹੋਰ ਮਹਿਕਮਿਆਂ ਨੂੰ ਬੇਨਤੀ ਕਰ ਰਿਹਾ ਕਿ ਜਿਹੜੇ ਐਸ ਟਾਈਮ ਮੌਜੂਦਾ ਮੰਤਰੀ ਚੱਲ ਰਹੇ ਆ ਉਹਨਾਂ ਦੀ ਪ੍ਰਾਪਰਟੀ ਚੈੱਕ ਕੀਤੀ ਜਾਵੇ ਇਹ ਆਪ ਜੀ ਦੇ ਅੱਗੇ ਬੇਨਤੀ ਆ ਤੇ ਜਿਹੜੇ ਵੀ ਕਿਸੇ ਵੀ ਪਾਰਟੀ ਦੇ ਕੋਈ ਵੀ ਮੰਤਰੀ ਹੈ ਤੁਸੀਂ ਪ੍ਰਾਪਰਟੀ ਚੈੱਕ ਕਰੋ ਇਹ ਫਿਰ ਮੈਨੂੰ ਸਮਝ ਨਹੀਂ ਆ ਰਹੀ ਵੀ ਸਾਡੇ ਮੁੱਖ ਮੰਤਰੀਆਂ ਝਾਤੀ ਨਹੀਂ ਮੱਜ ਰਹੀ ਜੇਕਰ ਕਿਸੇ ਮਹਿਕ ਮੈਨੂੰ ਨਹੀਂ ਦੇਖ ਰੇ ਭਗਵੰਤ ਮਾਨ ਜੀ ਦਾ ਘਰ ਤੇ ਮੈਂ ਕਿਸੇ ਤੋਂ ਪੁੱਛ ਪਛਾ ਕੇ ਤੁਹਾਨੂੰ ਘਰੇ ਛੱਡ ਆਉਣਾ ਤੇ ਜੇਕਰ ਹਿੰਮਤ ਨਹੀਂ ਪੈਂਦੀ ਕਿਸੇ ਦੀ ਗ੍ਰਿਫਤਾਰ ਕਰਨ ਦੀ ਫਿਰ ਭਾਈ ਤੁਸੀਂ ਗ੍ਰਿਫਤਾਰ ਕਾਨੂੰ ਕਰਨਾ ਪੁੱਛੋ ਵੀ ਆਂ ਭਈ ਇਹ ਪ੍ਰਾਪਰਟੀ ਕਿੱਥੋਂ ਆਈ ਉਹ ਦੱਸ ਦੇਣਗੇ ਵੀ ਆ ਇੱਥੋਂ ਆਈ ਆ ਜਾਂ ਸਾਨੂੰ ਫੰਡ ਆਇਆ ਜਾਂ ਬਾਹਰੋਂ ਆਇਆ ਜਾਂ ਪੰਜਾਬ ਚੋਂ ਆਇਆ ਕਿ ਗਲਤ ਆ ਵਿਹਾਰੀ ਆ ਮੈਂ ਕੁਝ ਗਲਤਾਂ ਨਹੀਂ ਕਹਿ ਰਿਹਾ ਜੇ ਪੰਜਾਬ ਨੂੰ ਵਾਕੈ ਬਚਾਉਣਾ ਪੰਜਾਬ ਨੂੰ ਵਾਕੈ ਸੋਨੇ ਦੀ ਚਿੜੀ ਬਣਾਉਣਾ ਮਾਨ ਸਾਹਿਬ ਜੀ ਤੇ ਆਪ ਨੂੰ ਦੱਸਣਾ ਪੈਣਾ ਇੱਕ ਪਾਸੇ ਸਾਧੂ ਸਿੰਘ ਧਰਮ ਸੋਧ ਨੂੰ ਪੁੱਛ ਰਿਹਾ ਵੀ ਪ੍ਰਾਪਰਟੀ ਆਈ ਕਿੱਥੋਂ ਆ ਤੇ ਦੂਜੇ ਪਾਸੇ ਆਪ ਜੀ ਨੂੰ ਵੀ ਲੋਕ ਪੁੱਛਣਗੇ ਵੀ ਕਿੱਥੋਂ ਆਈ ਆ ਅੱਜ ਮੈਂ ਤਾਂ ਅੱਜ ਪੁੱਛ ਰਿਆਂ ਇਹਨਾਂ ਲੋਕਾਂ ਨੇ ਤੁਹਾਡੇ ਕੋਲੋਂ 2027 ਚ ਪੁੱਛਣਾ ਜਿਹੜੀਆਂ ਤਰੀਕਾ ਜੇ ਭੁਗਤ ਰਹੇ ਆ ਉਹ ਤਰੀਕਾ ਅੱਗੇ ਜਾ ਕੇ ਤੁਸੀਂ ਭੁਗਤਣੀਆਂ ਕਹਿੰਦਾ ਕਿ ਕੀ ਬੀਜਿਆ ਇਹ ਨਾ ਕੋਈ ਨਹੀਂ ਆਖੇ ਕਹਿੰਦਾ ਨਾਈਆ ਤੱਕ ਮੇਰੇ ਵਾਲ ਕਿੱਡੇ ਕਿੱਡੇ ਕਹਿੰਦਾ ਕੋਈ ਨਹੀਂ ਛੱਟ ਕੇ ਠਰ ਜਾ ਤੇ ਅੱਗੇ ਆ ਜਾਣੇ ਬਾ 5 ਕ ਸਾਲ 4 ਸਾਲ ਨੰਗਿਆ ਤੇ 4 ਕ ਸਾਲ ਹੋਰ ਨੰਗੇ ਆਖੇ ਵੀ ਹਾਂ ਭਾਈ ਮੇਰੇ ਕੰਮ ਕਿਹੋ ਜਿਹਾ ਕਹਿੰਦਾ ਠਹਿਰ ਜੋ ਮਾਨਸਾ ਵਸਤਾਹੀ ਦੇ ਅੱਗੇ ਆ ਜਾਣੇ ਤੇ ਨਾਲੇ ਤੁਸੀਂ ਗੱਲ ਕਹੀ ਸੀ ਕਿ ਇੱਕ ਵਾਰੀ ਵੋਟ ਦਾ ਮੌਕਾ ਦੇ ਦਿਓ ਬਾਅਦ ਦੇ ਵਿੱਚ ਅਸੀਂ ਵੋਟਾਂ ਮੰਗਣ ਨਹੀਂ ਆਉਂਦੇ ਇਹ ਭੋਲੇ ਪੰਜਾਬ ਦੇ ਲੋਕੇ ਸਮਝ ਗਏ ਕਿਤੇ ਅਸੀਂ ਆਪਣੇ ਆ ਪਾ ਦੇਣਾ ਇਹਨਾਂ ਨੂੰ ਕੀ ਪਤਾ ਸੀ ਇਹਨਾਂ ਨੇ ਕੰਮ ਹੀ ਇਹੋ ਜਿਹਾ ਕਰਨੇ ਆ ਦੇ ਬਾਅਦ ਦੇ ਵਿੱਚ ਇਹਨਾਂ ਨੇ ਸ਼ਰਮਿੰਦਗੀ ਮਾਰੇ ਨੇ ਵੋਟ ਮੰਗਣੀ ਨਹੀਂ ਆਉਣਾ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਜੇਕਰ ਕੁਝ ਮੈਂ ਗਲਤ ਬੋਲਿਆ ਹੋਵੇ ਉਹਦੇ ਵਾਸਤੇ ਮਾਫੀ ਚਾਹੁੰਦਾ